Good Choice Studio and Islamic Network. Tere roze te aame Madine vich rehn waliya tere roze te aame Madine vich rehn waliya ਜਿਹੜਾ ਨਬੀ ਕਰੀਮ ਦਾ ਰੋਜ਼ਾ ਵੇਖ ਆਇਆ ਜਿਹੜਾ ਅਜੇ ਤੱਕ ਨਹੀਂ ਗਿਆ ਦੁਆ ਕਰਨਾ ਯਾ ਅੱਲਾਹ ਐਸੇ ਸਾਹ ਆਪਣੀ ਅੰਮੀ ਤੇ ਅੱਬੂ ਦੇ ਨਾਲ ਜ਼ਰੂਰ ਜਾਵੇ ਜਿਹੜਾ ਇਸ ਮਹਿਫਲ ਦੇ ਅੰਦਰ ਹੱਥ ਉਠਾ ਕੇ ਮੇਰੇ ਨਾਲ ਪੜੇ ਆਈਏ ਨਾਲ ਕਿਸੇ ਦਾ ਹੱਥ ਥੱਲੇ ਨਾ ਰਵੇ ਆਈਏ ਨਾਲ ਮਿਲ ਕੇ ਪੜੀਏ ਰੋਜ਼ੇ ਮਦੀਨੇ ਵਿੱਚ ਘਰ ਦੇ ਦਰਵਾਜ਼ੇ ਦੇ ਕਰੀਬ ਖੜੇ ਨੇ ਕੋਲੋ ਦੀ ਕੋਲੋ ਕਾਫਲਾ ਗੁਜ਼ਰਿਆ ਮੌਲਾਨਾ ਅਬਦੁਰ ਰਹਿਮਾਨ ਜਾਮੀ ਬੋਲ ਕੇ ਕਹਿੰਦੇ ਨੇ ਕਾਫਲੇ ਵਾਲਿਓ ਕਿੱਧਰ ਚੱਲੇ ਹੋ ਕਾਫਲੇ ਵਾਲੇ ਬੋਲ ਕੇ ਕਹਿਣ ਲੱਗੇ ਅਸੀਂ ਮਦੀਨਾ ਤੈਯਬਾ ਜਾ ਰਹੇ ਹਾਂ ਨੌਜਵਾਨੋ ਮੌਲਾ ਅਬਦੁਰ ਰਹਿਮਾਨ ਦੀ ਜਾਮੀ ਦੀਆਂ ਅੱਖਾਂ ਦੇ ਅੰਦਰ ਪਾਣੀ ਆ ਗਿਆ ਨੌਜਵਾਨੋ ਕਾਫਲੇ ਵਾਲਿਆਂ ਨੂੰ ਬੋਲ ਕੇ ਕਹਿਣ ਲੱਗੇ ਕਾਫਲੇ ਵਾਲਿਓ ਜ਼ਰਾ ਥੋੜ੍ਹੀ ਦੇਰ ਠਹਿਰ ਜਾਓ ਮੈਨੂੰ ਵੀ ਨਾਲ ਲਈ ਜਾਓ ਮੌਲਾਨਾ ਅਬਦੁਰ ਰਹਿਮਾਨ ਜਾਮੀ ਨੇ ਆਪਣੀ ਗੱਠੜੀ ਸਮਾਂ ਦੀ ਵੱਧ ਕੇ ਸਰ ਦੇ ਉੱਤੇ ਉਠਾ ਲਈ ਨਾਲ ਨਾਲ ਕਾਫਲਾ ਜਾ ਰਿਹਾ ਨਾਲ ਨਾਲ ਮੌਲਾਨਾ ਅਬਦੁਰ ਰਹਿਮਾਨ ਜਾਮੀ ਜਾ ਰਹੇ ਨੌਜਵਾਨ ਅਬਦੁਰ ਰਹਿਮਾਨ ਜਾਮੀ ਜਾ ਰਹੇ ਜਿਹੜੇ ਵੇਲੇ ਅਬਦੁਰ ਰਹਿਮਾਨ ਜਾਮੀ ਨਾਲ ਨਾਲ ਜਾ ਰਹੇ ਇੱਕ ਰਾਤ ਕਾਫਲੇ ਨੇ ਪੜਾਓ ਕੀਤਾ ਕਮਲੀ ਵਾਲ ਦੀ ਤਸ਼ਰੀਫ ਆਵਰੀ ਨੌਜਵਾਨ ਨੂੰ ਇੱਕ ਸ਼ਿਕਰ ਸਵਾਰ ਆ ਕੇ ਕਹਿਣ ਲੱਗਾ ਬੋਲ ਕੇ ਕਹਿਣ ਲੱਗਾ ਕਾਫਲੇ ਵਾਲਿਓ ਤੁਹਾਡੇ ਵਿੱਚੋਂ ਜਾਮੀ ਕੌਣ ਨੇ ਨੌਜਵਾਨ ਨੂੰ ਜਾਮੀ ਨੇ ਵੀ ਹੱਥ ਖੜਾ ਕਰ ਲਿਆ ਕਾਫਲੇ ਦੇ ਸਰਦਾਰ ਨੇ ਵੀ ਹੱਥ ਖੜਾ ਕਰ ਲਿਆ ਕਹਿਣ ਲੱਗਾ ਮੇਰਾ ਨਾਮ ਜਾਮੀ ਹੈ ਨੌਜਵਾਨ ਨੂੰ ਕਾਫਲੇ ਦੇ ਸਰਦਾਰ ਨੂੰ ਸ਼ਿਕਰ ਸਵਾਰ ਬੋਲ ਕੇ ਕਹਿਣ ਲੱਗਾ ਸਾਈਆਂ ਦੇ ਵੱਲੋਂ ਆਡਰ ਆਇਆ ਏ ਇਹ ਜਾਮੀ ਮਦੀਨਾ ਤੈਯਬਾ ਨਹੀਂ ਆ ਸਕਦਾ ਨੌਜਵਾਨ ਨੂੰ ਦਿਲ ਫਟ ਗਿਆ ਅੱਖਾਂ ਵਿੱਚੋਂ ਸਾਰੋ ਕਤਾਰੋ ਕਤਾ ਸੁਆ ਗਏ ਰੋ ਰੋ ਕੇ ਜਾਮੀ ਨੇ ਆਪਣਾ ਬੁਰਾ ਹਾਲ ਕਰ ਲਿਆ ਨੌਜਵਾਨ ਨੂੰ ਜਿਹੜੇ ਵੇਲੇ ਸਭੋ ਦਿਨ ਚੜਿਆ ਨੌਜਵਾਨ ਨੂੰ ਨਾਲ ਬੱਕਰੀਆਂ ਦਾ ਰੇਵੜ ਜਾ ਰਿਹਾ ਜਾਮੀ ਨੇ ਆਪਣੇ ਗੋਡੇ ਜ਼ਮੀਨ ਤੇ ਰੱਖ ਲਏ ਜਿਵੇਂ ਬੱਕਰੀ ਦਾ ਬੱਚਾ ਚੱਲਦਾ ਏ ਜਾਮੀ ਵੀ ਛੁੱਪ ਕੇ ਮਦੀਨੇ ਵੱਲ ਜਾ ਰਿਹਾ ਨੌਜਵਾਨ ਨੂੰ ਜਿਹੜੇ ਵੇਲੇ ਜਾਮੀ ਛੁੱਪ ਕੇ ਮਦੀਨੇ ਵੱਲ ਜਾ ਰਿਹਾ ਅਗਲੀ ਰਾਤ ਫਿਰ ਕਾਫਲੇ ਨੇ ਪੜਾਓ ਕੀਤਾ ਨੌਜਵਾਨ ਨੂੰ ਸ਼ਿਤਰ ਸਵਾਰ ਆ ਕੇ ਕਹਿਣ ਲੱਗਾ ਜਾਮੀ ਸੁਣਿਆ ਨਹੀਂ ਜਾਂਦਾ ਤੈਨੂੰ ਆਖੇ ਤੂੰ ਮਦੀਨਾ ਤੈਯਬਾ ਨਹੀਂ ਆ ਸਕਦਾ ਨੌਜਵਾਨ ਨੂੰ ਜਿਹੜੇ ਵੇਲੇ ਕਾਫਲੇ ਸਰਦਾਰ ਨੇ ਆਖਿਆ ਜਾਮੀ ਨੂੰ ਤਲਾਸ ਕਰੋ ਜਾਮੀ ਕਿੱਥੋਂ ਮਿਲਿਆ ਬੱਕਰੀਆਂ ਉਹਦੇ ਰੇਵੜ ਦੇ ਅੰਦਰ ਮਿਲਿਆ ਨਾਲ ਵਾਲੇ ਨੂੰ ਜਾਮੀ ਬੋਲ ਕੇ ਕਹਿਣ ਲੱਗਾ ਇਹ ਕਾਫਲੇ ਦਾ ਸਰਦਾਰ ਮੈਨੂੰ ਲਾਲ ਨੂੰ ਕੇ ਨਹੀਂ ਜਾਣਾ ਚਾਹੁੰਦਾ ਤੂੰ ਇੰਜ ਕਰਨਾ ਲੱਕੜੀ ਦਾ ਸੰਦੂਕ ਖਾਲੀ ਕਰਕੇ ਮੈਨੂੰ ਉਹਦੇ ਅੰਦਰ ਛੁਪਾ ਕੇ ਆਪਣੇ ਸਰ ਦੇ ਉੱਤੇ ਉਠਾ ਕੇ ਕਿਸੇ ਤਰੀਕੇ ਦਾ ਮਦੀਨਾ ਤੈਯਬਾ ਲੈ ਜਾਓ ਨਾਲ ਵਾਲੇ ਨੇ ਲੱਕੜੀ ਦਾ ਸੰਦੂਕ ਖਾਲੀ ਕਰ ਲਿਆ ਜਾਮੀ ਨੂੰ ਉਹਦੇ ਅੰਦਰ ਛੁਪਾ ਲਿਆ ਨੌਜਵਾਨ ਨੂੰ ਜਿਹੜੇ ਵੇਲੇ ਜਾਮੀ ਨੂੰ ਉਹਦੇ ਅੰਦਰ ਛੁਪਾ ਲਿਆ ਨਾਲ ਨਾਲ ਕਾਫਲਾ ਜਾ ਰਿਹਾ ਨਾਲ ਨਾਲ ਜਾਮੀ ਜਾ ਰਿਹਾ ਇੱਕ ਰਾਤ ਫਿਰ ਕਾਫਲੇ ਨੇ ਪੜਾਓ ਕੀਤਾ ਕਮਲੀ ਵਾਲ ਦੀ ਫਿਰ ਤਸ਼ਰੀਫ ਆਵਰੀ ਇੱਕ ਸ਼ਿਕਰ ਸਵਾਰ ਆ ਕੇ ਕਹਿਣ ਲੱਗਾ ਜਾਮੀ ਸੁਣਿਆ ਨਹੀਂ ਜਾਂਦਾ ਤੈਨੂੰ ਅੱਜ ਤੂੰ ਮਦੀਨਾ ਤੈਯਬਾ ਨਹੀਂ ਆ ਸਕਦਾ ਨੌਜਵਾਨ ਨੂੰ ਜਾਮੀ ਨੂੰ ਫਿਰ ਅਲੱਗ ਕਰ ਦਿੱਤਾ ਗਿਆ ਹੁਣ ਜਾਨੀ ਨੌਜਵਾਨੋ ਜਾਮੀ ਜੰਗਲ ਦੀ ਸਹਿਰਾ ਜ਼ਮੀਨੀ ਤੇ ਖੜਾ ਏ ਮੋਟੇ ਮੋਟੇ ਆਂਸੂ ਪਿਆ ਗਰਦਾ ਏ ਰਲੇ ਘੁੱਟੇ ਖਿਦਰਾਂ ਵੱਲ ਮੂੰਹ ਕਰਦਾ ਏ ਹੱਥ ਜੋੜ ਕੇ ਕਹਿੰਦੇ ਕਮਲੀ ਵਾਲਿਆ ਹਵਾਵਾਂ ਵੀ ਮਦੀਨਿਓ ਗੁਜ਼ਰਦੀਆਂ ਨੇ ਫਜ਼ਾਵਾਂ ਵੀ ਮਦੀਨਿਓ ਗੁਜ਼ਰਦੀਆਂ ਨੇ 70,000
फरिश्ता सुबह आ रहे हो, 70,000 शामी आ रहे हो, कमली वाले आ परिंदे भी मदीने गुजर देने, एक नहीं आ सकदा तेरा जामी मदीना तैयबा नहीं आ सकदा, नाले मोटे मोटे आंसू गिरांदा है, नाले बोल के कहंदा है तेरे रोजे ते आवा मैं मदीने विच रहन वाले आ तेरे रोजे ते आवा मदीने विच रहन वाले आ नौजवानों इगर छितर सवार आ गया इधरों नौजवानों काफला भी मदीना तैयबा आ गया अज दे लोग कहते ने नाउज बिल्ला नबी नु इलम दे दीवार दे पिछों दा पता कोई नहीं पर आ मैं तैनू दसा जेने बिल काफला मदीने आया काफले दे सरदार हुकम दे खदरा दे सामने खड़े हो गया अखां दे अंदर आंसू लिया के कहंदे कमली वाले आ सानू इना ते दसिया जे जा मैनू बार बार आण तो क्यों ना कीता जा रहा सी घूमदे खिजरा दे अंदरों आवाज आई ए काफले ते सरदार जिस मोहब्बत ते प्यार दे नाल जामी मेरे रोजे ते पिया आउंदा सी अगर मेरे रोजे ते आ जांदा मुझ मोहम्मद अरबी नो अपनी कब्र विचों बाहर निकल के ओंदा इस्तकबाल करना पड़ना सी ਉਹਦਾ ਇਸਤਕਬਾਲ ਕਰਨਾ ਪੈਣਾ ਸੀ ਕਾਫਲੇ ਦੇ ਸਰਦਾਰ ਨੇ ਜਿਹੜੇ ਵੇਲੇ ਇੰਨੀ ਗੱਲ ਸੁਣੀ ਅਰਜ਼ ਕੀਤੀ ਕਮਲੀ ਵਾਲਿਆ ਤੁਹਾਡੀ ਬੜੀ ਮਿਹਰਬਾਨੀ ਏ ਮੁਝ ਨਿਕੰਮੇ ਦੇ ਤੇ ਤੂੰ ਨਵਾਜ਼ੀਆਂ ਫਰਮਾਈਆਂ ਨੇ ਕਮਲੀ ਵਾਲਿਆ ਮੇਰੇ ਅੰਦਰ ਇਹੋ ਜਿਹੀਆਂ ਆਦਤਾਂ ਕੋਈ ਨਹੀਂ ਜਿਹੜਾ ਤੁਸਾਂ ਮੇਰੇ ਖਾਬ ਦੇ ਅੰਦਰ ਆ ਜਾਂਦੇ ਨਾਲੇ ਮਦੀਨੇ ਦੀ ਮੁੱਠੀ ਚੁੰਮਦੇ ਨੇ ਨਾਲੇ ਬੋਲ ਕੇ ਕਹਿੰਦੇ ਨੇ ਤੈਨੂੰ ਚੁੰਮ ਚੁੰਮ ਅੱਖਾਂ ਨਾਲ ਲਾਵਾ ਨੀ ਮਿੱਟੀਏ ਮਦੀਨੇ ਦੀਏ ਅੱਲਾ ਸਲਾਮਤ ਰੱਖੇ ਭਾਈ ਸ਼ਕੀਲ ਨੇ ਮਾਫਲ ਕਰਵਾਈ ਅੱਲਾ ਸਲਾਮਤ ਰੱਖੇ ਅਲ ਮਦਨੀ ਸੌਣ ਵਾਲਿਆਂ ਨੇ ਵੈਸੇ ਵੀ ਮੇਰਾ ਬੜਾ ਪੁਰਾਣਾ ਯਾਰ ਏ ਅੱਲਾ ਸਲਾਮਤ ਰੱਖੇ ਆਗੇ ਨਾਲ ਹੱਥ ਖੜੇ ਕਰਕੇ ਪੜੀਏ ਤੈਨੂੰ ਚੁੰਮ ਚੁੰਮ ਅੱਖਾਂ ਨਾਲ ਲਾਵਾ ਨੀ ਮਿੱਟੀਏ ਮਦੀਨੇ ਦੀਏ ਸਹਿਵਾਰੀ ਮੈਂ ਸਦਕੇ ਜਾਵਾਂ ਨੀ ਮਿੱਟੀਏ ਮਦੀਨੇ ਦੀਏ ਅੱਲਾ ਕਰੀਮ ਦੀ ਹਮਦੋ ਸਦਾ ਤੋਂ ਬਾਅਦ ਮੈਂ ਆਪ ਅਹਬਾਬ ਦਾ ਥੋੜ੍ਹਾ ਜਿਹਾ ਜ਼ਰਾ ਖੂਨ ਗਰਮ ਕੀਤਾ ਹੈ ਜਿਹੜੇ ਅਹਬਾਬ ਖਤੀਬ ਦੇ ਇੰਤਜ਼ਾਰ ਵਿੱਚ ਬੈਠੇ ਹੁੰਦੇ ਨਾ ਮਾਫਲ ਤੇ ਆਇਓ ਖਾਲੀ ਝੋਲੀਆਂ ਨਾ ਲੈ ਕੇ ਚਲੇ ਜਾਇਆ ਜੇ ਘਰ ਦੇ ਅੰਦਰ ਜਾ ਕੇ ਗਿਰੇਬਾਨ 'ਚ ਝਾਕੀ ਮਾਰ ਕੇ ਵੇਖਿਆ ਜੇ ਕਿਤੇ ਮੈਂ ਮਾਫਲ ਤੋਂ ਖਾਲੀ ਤਾਂ ਨਹੀਂ ਆ ਗਿਆ ਤੋ ਗ੍ਰਾਮੀਆਂ ਕੋ ਦਰਾ ਅਹਬਾਬ ਭਾਈ ਮੁਹੰਮਦ ਸ਼ਕੀਲ ਮਲਕ ਸ਼ਕੀਲ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਮਾਸ਼ਾਅੱਲਾ ਉਹਨਾਂ ਨੇ ਇਹ ਮਹਿਫਲ ਮਿਲਾਦੇ ਮੁਸਤਫਾ ਦਾ ਇਨਕਾਦ ਕੀਤਾ ਅੱਲਾ ਕਰੀਮ ਇਹਨਾਂ ਦਾ ਮਿਲ ਜੁਲ ਕੇ ਰਹਿਣਾ ਆਪਣੀ ਪਾਕ ਕਬੂਲਤ ਬਾਰਗਾਹ ਦੇ ਅੰਦਰ ਕਬੂਲ ਮਨਜ਼ੂਰ ਫਰਮਾਏ ਗ੍ਰਾਮੀਆਂ ਕਦਰ ਅਹਬਾਬ ਮੈਂ ਸਿਰਫ ਮਿਲਾਦ ਪੜ੍ਹਨਾ ਹੈ ਮਿਲਾਦ ਪੜ੍ਹ ਕੇ ਮੈਂ ਇਜਾਜ਼ਤ ਚਾਹੁੰਦਾ ਜਿਹੜਾ ਮੇਰਾ ਟਾਈਮ ਮਿਲਿਆ ਉਸ ਟਾਈਮ ਦੀ ਮੈਂ ਮੁਖਤਸਰ ਹਾਜ਼ਰੀ ਲਗਵਾਉਣਾ ਵਾ ਗ੍ਰਾਮੀਆਂ ਕਦਰ ਅਹਬਾਬ ਅੱਲਾ ਨੇ ਇਰਸ਼ਾਦ ਫਰਮਾਇਆ ਇਨਾ ਆਤਈ ਨਾ ਕਲ ਕੌਸਰ ਐ ਹਬੀਬ ਕਰੀਮ ਅਲੈਹਿ ਸਲਾਤੁ ਵਸਲਾਮ ਅਸਾਂ ਤੁਹਾਨੂੰ ਕੌਸਰ ਅਤਾ ਕੀਤਾ ਹੈ ਕੌਸਰ ਤੋਂ ਮੁਰਾਦ ਔਰ ਮੇਰੇ ਨਾਲ ਆਲੇ ਨਬੀ ਔਲਾਦ ਅਲੀ ਪੀਰ ਸੈਯਦ ਤੌਸੀਫ ਮਾਸ਼ਾਅੱਲਾ ਉਹ ਆਪ ਜਲਵਾ ਫਰੋਦ ਨੇ ਉਹਨਾਂ ਦੇ ਸਬਕ ਸੁਣਾਉਣ ਵਾਸਤੇ ਉਹਨਾਂ ਦੀਆਂ ਦੁਆਵਾਂ ਲੈਣ ਵਾਸਤੇ ਬੈਠਾ ਵਾ ਔਰ ਮੇਰੇ ਪੀਰ ਮੁਰਸ਼ਿਦ ਸੈਯਦ ਪੀਰ ਅਲੀ ਹੈਦਰ ਸ਼ਾਹ ਸਾਹਿਬ ਬੁਖਾਰੀ ਸਜਾਦਾ ਨਸ਼ੀਨ ਆਸਤਾਨ ਵਾਲਿਆ ਖਾਜਾ ਦਾਇਮ ਅਲ ਹਜ਼ੂਰੀ ਕਸੂਰੀ ਆਪ ਦੀ ਨਜ਼ਰੀ ਕਰਮ ਵਾਲਿਦੈਨ ਦੀਆਂ ਦੁਆਵਾਂ ਉਸਤਾਦਾਂ ਦੀਆਂ ਦੁਆਵਾਂ ਔਰ ਮਾਫਲ ਦੇ ਸ਼ੁਰੂ ਤੇ ਅਲਹਮਦੁਲਿਲਾ ਮੇਰੇ ਉਸਤਾਦ ਮੁਹਤਰਮ ਹਾਫਿਜ਼ ਯਾਸਰ ਰਜ਼ਾ ਹੈਦਰੀ ਸਾਹਿਬ ਜਿਨ੍ਹਾਂ ਨੇ ਮੈਨੂੰ ਮੁਕੰਮਲ ਹਿਫਤ ਕਰਵਾਇਆ ਉਹਨਾਂ ਦੀ ਤੁਸੀਂ ਤਿਲਾਵਤ ਵੀ ਸਮਾਤ ਕਰ ਚੁੱਕੇ ਹੋ ਮੈਂ ਮਿਲਾਦ ਪੜ੍ਹਨ ਲੱਗਾਵਾਂ ਔਰ ਮੈਂ ਇਹਨਾਂ ਦੱਸਣਾ ਚਾਹੁੰਦਾ ਜਿਹੜੇ ਤਮਾਸ਼ਾ ਹੈ ਉਹ ਖੜ੍ਹਿਆਂ ਹੋ ਕੇ ਵੇਖਿਆ ਜਾਂਦਾ ਹੈ ਜਿਹੜੀ ਮਾਫਲ ਮਿਲਾਦ ਮੁਸਤਫਾ ਉਹ ਬੈਠ ਕੇ ਸੁਣੀ ਜਾਂਦੀ ਹੈ ਅਤੇ ਜਿਹੜੇ ਮਾਫਲ ਮਿਲਾਦ ਮੁਸਤਫਾ
दफा सुनने वास्ते आए ने भावे उत्थे ही बैठ जाओ कोई मसला नहीं। वैसे भी असी इलम हासिल किया 8 साल के बाद साडी आखिर ते वारी आंदी है, तो मैं ये गुजारिश करना कि थोड़ा थोड़ा अगे आ जाओ और अपनी अखा नु तर कर लेके जाओ। मैं अज मिलाद पढ़ के जाना है, थोड़ा थोड़ा अगे आ जाओ। माशाल्लाह अल्लाह पाक सब नु हज्जे बैतुल्लाह की शहादत नसीब फरमाए। भाई खाली जगह पुर कर लवो, उठ के अगे आ जाओ। माशाल्लाह हुजूर दा मिलाद मनाई बैठे हो, अजे भी यंग नौजवान ही उठे ने, जेडे बुजुर्ग अजे देख रहे हैं कि मैं उठना है कि नहीं उठना, जेडे उठे ने उन्हां नू नाल ही उठा के उन्हां नू लेके आओ। पढ़ा कुरान जी, बोलो सुभान अल्लाह। मैं मिलाद पढ़ के मैं इजाजत चाहना वा भाई, मैं हूं तरन्नम तेरा नहीं साढ़े सना खाने मुस्तफ़ा माशाल्लाह चश्मे वाले का नाम किसी उन्होंने बड़े अच्छे कलाम पढ़े ने, हाथ थले नहीं आन देते। हुण जिहड़ा घरों लंगर खा के आया वह भी बोलो, तो जिन्हें इत्थों लंगर लैके जाना वह भी हाथ उठा के सुन्नी माँ का पुत्र बोले सुभान अल्लाह। माफल की ग्राउंड माशाल्लाह बन गई है, मैं मिलाद पढ़ लगा वा। ग्रामीण कदर अहबाब, अल्लाह करीम ने इरशाद फरमाया इन्ना आतैना कल कौसर अहबीब करीम अलैहि सलातो सलाम, असा तनु कौसर अता कीता है। कौसर तो मुराद कसरत कसीर ज़ादिन किया जाता है, साडा मिलजुल के बैठना ये भी एक कौसर है। लेकिन आओ थोड़ी जी तमहीद बयान करके मैं तरन्नम ते आप अहबाब नु मिलाद पढ़ के सुना देवा। ग्रामी कदर अहबाब शाह इमाम अहमद रजा खान बरेलवी रहमतुल्लाह अलैह, आप दे वालिद गिरामी इमाम नक्की आले रहमा ने फरमाया कि कौसर तो मुराद जो पानी जमीन तो आसमान की तरफ जाता है, बादल बनता है, बरसन लगे ते बारिश बनता है, आके जम जावे ते कौले बनता है, अगर ओही पानी अख दे विचों निकले ते आंसू बनता है, फुल दी पत्ती ते गिर जावे ते शबनम दा कतरा बनता है, फुल दी पत्ती तो निकल जावे ते अरक बनता है, अगर एको ही पानी चलदा रवे दरिया नदी नाले बनता है, इकट्ठा हो जावे ते झील बनता है, मुक दी मुका छड्डा। शाह साहब मैं पहले बंदे तो लैके ते आखरी बंदे तक हाथ उठदा ते सुभान अल्लाह दी आवाज सुनना चाहना वा। शाह इमाम अहमद रजा खान दे वालिदे गिरामी ने कलम ही तोड़ के रख दिता। आपने फरमाया अगर एको ही पानी हजरत इस्माइल दी एड़ियां दे नाल रगड़ खा के निकले ते आपे जम 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 बन आपे जम जम बन दाए, आपे अहबाब आपे जम जम बन दाए। हुण उंदा जिक्र मैं करन लगावा जिंदी उंगली चो निकले ते केड़ा पानी बन दाए, ए तां इस्माइल दी एड़ियां दे नाल रगड़ खा के निकले ते उंदे नां ते बोले ना ते उंना दे नाना मुस्तफा। ग्रामी कदर अहबाब ए अगर कमली वाले दी उंगली मुबारक दे विचों पानी निकले ते आपे कौसर बन दाए, आपे कौसर बन दाए। अल्लाह ने फरमाया मदाग दे नैना वाले आ असा तानू कौसर अता कर दिता है, कौसर अता कर दिता है। भाई मैं पिछले दिनों के अंदर लगातार प्रोग्राम पढ़ना पिया वा, सुबह फिर मैं तलवंडी पहुंचना है, उस तो अगले दिन इस तरह डायरी के अंदर टाइम बिल्कुल लिखे हुए ने पूरे महीने दे, ते मेरी थकावट गले दी वेख लो और अपनी सुभान अल्लाह वेख लो। मैं हुण तरन्नम ते रहना, एक बार हाथ उठा के ते बोलो सुभान अल्लाह। मैं दुआ करना शाह साहब आमीन, दिल च आखन होवन सैयद जादे ते आमीन आखे ते रब किवें मोड़ देवे। या अल्लाह जेड़ा हाथ उठा के उच्ची सुभान अल्लाह बोले, अगले साल सारी टीम दे नाल उमरा ते हज जरूर करके आवे। जेड़ा हाथ उठा के उच्ची बोले सुभान अल्लाह, मौला तेरा की जांदा है, ऐसे साल अपनी अम्मी ते अब्बू दे नाल उमरा जरूर करके आवे। जेड़ा हाथ उठा के जोर लगा के बोले सुभान अल्लाह, ते या अल्लाह तेरा की जानदा है, आज तो बाद अपनी अम्मी नु अम्मी जी ते अब्बू नु अब्बू जी कह के बुलाया करे। आखिरी दुआ देन लगा वा ते मुकद्दरा वाला सुन के आवाज भी निकालेगा ते हाथ भी उठाएगा, या अल्लाह तेरा की जेड़ा जेड़ा हाथ उठा के जोर नाल बोले महफिल तो बाद जावे ते बिस्तर बिछावे ते मदीने वाला माही ख्वाब विच तशरीफ लेके आ जावे। माशाल्लाह माशाल्लाह काम इथे रखिया जे, पढ़ो कुरान जी बोलो सुभान अल्लाह। अल्लाह ने इरशाद फरमाया इन्ना आतैना कल कौसर, परवरदिगार ने इरशाद फरमाया मां दाग देने वाले आओ दो दिते को सरयता कर दिता है। लो जवानो आइए हुन मिलाद सुनिए, लो जवानो कमली वाले ने परवरदिगार ने पुत्र अता किया, पुत्र दा नाम इब्राहिम रखिया, अबू जान अबू लाब उतबत शहबा दरे दौलत दरवाजे ते आ गए, कमली वाले दे पुत्र दा विशाल हो गया। लो जवानो कमली वाले नौजवानों जड़े वेले जनादा पढ़ा के घर दे अंदर आ गए, अबू जान अबू लाब
ਮੁਲਾ ਸਹਿਬਾ ਸਾਰੇ ਕਾਫਰਾਂ ਨੂੰ ਲੈ ਕੇ ਕਮਲੀ ਵਾਲੇ ਦੀ ਦਰੇ ਦੌਲਤ ਤੇ ਆ ਗਏ ਆ ਕੇ ਦਰਵਾਜ਼ਾ ਖਟਕਾਇਆ ਕਮਲੀ ਵਾਲੇ ਬਾਹਰ ਆ ਗਏ ਆ ਕੇ ਮੇਰੇ ਨਬੀ ਕਰੀਮ ਨੂੰ ਤਾਨੇ ਦੇਣੇ ਸ਼ੁਰੂ ਹੋ ਗਏ ਕਹਿਣ ਲੱਗੇ ਖਬਰਦਾਰ ਕੋਈ ਮੁਹੰਮਦ ਨੂੰ ਦੁੱਖ ਤੇ ਤਕਲੀਫ ਨਾ ਦੇਵੇ ਛੋਟੇ ਕਾਫਰ ਬੋਲ ਕੇ ਕਹਿਣ ਲੱਗੇ ਖੈਰੇ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਸ਼ੇਰਾਂ ਦੇ ਪੁੱਤਰ ਸ਼ੇਰ ਹੁੰਦੇ ਨੇ ਨਬੀਆਂ ਦੇ ਪੁੱਤਰ ਨਬੀ ਹੁੰਦੇ ਨੇ ਨੌਜਵਾਨੋ ਹੁਣ ਮੈਂ ਸੈਯਦ ਜ਼ਾਦੇ ਦਾ ਜ਼ਿਕਰ ਕਰਨ ਲੱਗਾ ਵਾਂ ਜਿਹੜੇ ਵੇਲੇ ਅਬੂ ਜਾਲ ਤਾਨੇ ਮਾਰੇ ਕਮਲੀ ਵਾਲੇ ਨੇ ਹਾਲੇ ਜ਼ੁਬਾਨ ਦੇ ਅਰਜ਼ ਕੀਤੀ ਮੌਲਾ ਸ਼ਰੀਕ ਆ ਕੇ ਮੇਨੇ ਪੈਵਾਰ ਦੇਣੇ ਮੁਹੰਮਦ ਦਾ ਜ਼ਿਕਰ ਕਰਨ ਵਾਲਾ ਕੋਈ ਨਹੀਂ ਪਰਵਰਦੀਗਾਰ ਨੇ ਇਰਸ਼ਾਦ ਫਰਮਾਇਆ ਮਾਂ ਦਾ ਗੁਦੇ ਨੇ ਲਵਾਲੇ ਆਪ ਕੀ ਹੋਇਆ ਜੇ ਅਸਾਂ ਪੁੱਤਰ ਵਾਪਸ ਲੈ ਲਿਆ ਓਏ ਕਯਾਮ ਤੱਕ ਗੁਲਾਮ ਇਹਨੇ ਦੇ ਦੇਵਾਂਗਾ ਸੋਹਣਿਆ ਤੇਰੀ ਔਲਾਦ ਨੂੰ ਅਲੀ ਦੀ ਸੁਲਮ ਦੇ ਅੰਦਰ ਰੱਖ ਦਿੱਤਾ ਪਿੰਡ ਪਿੰਡ ਸੈਯਦ ਹੋਣਗੇ ਸ਼ਹਿਰ ਸ਼ਹਿਰ ਸੈਯਦ ਹੋਣਗੇ ਜਦੋਂ ਲੋਕ ਸੈਯਦਾਂ ਨੂੰ ਵੇਖਣਗੇ ਉਹਨਾਂ ਨੂੰ ਕਹਿਣਾ ਪੈ ਜਾਵੇਗਾ ਲੋਕੋ ਵੇਖੋ ਆਲ ਨਬੀ ਦੀ ਏ ਔਲਾਦ ਅਲੀ ਦੀ ਏ ਆਲ ਨਬੀ ਦੀ ਏ ਔਲਾਦ ਅਲੀ ਦੀ ਏ ਨੌਜਵਾਨੋ ਜਿਹੜੇ ਵੇਲੇ ਆ ਕੇ ਸ਼ਹੀਦਾਂ ਨੇ ਮੇਨੇ ਮਾਰੇ ਇੱਕ ਦਿਨ ਇਮਾਮੇ ਹੁਸੈਨ ਮਦੀਨੇ ਦੀ ਗਲੀ ਦੇ ਅੰਦਰ ਖੇਲਦੇ ਪਏ ਨੇ ਕਮਲੀ ਵਾਲੇ ਨੇ ਬਾਜ਼ੂ ਫੜਾ ਲਏ ਕਮਲੀ ਵਾਲੇ ਨੇ ਫਰਮਾਇਆ ਹੁਸੈਨ ਪੁੱਤਰਾ ਆਜਾ ਨਾਨੇ ਦੇ ਸੀਨੇ ਲੱਗ ਜਾ ਤੇਰੇ ਉੱਤੋਂ ਮੈਂ ਪੁੱਤਰ ਕੁਰਬਾਨ ਕੀਤਾ ਏ ਇਮਾਮੇ ਅਲੀ ਮੁਕਾਮ ਆ ਕੇ ਸੀਨੇ ਦੇ ਨਾਲ ਲੱਗ ਗਏ ਅਰਜ਼ ਕੀਤੀ ਨਾਨਾ ਤੁਸਾਂ ਤੇ ਸਖ ਕੁਰਬਾਨ ਕੀਤਾ ਏ ਵੇਲਾ ਆ ਲੈ ਤੇ ਮੈਂ ਸਾਰੇ ਕੁਰਬਾਨ ਕਰ ਦੇਵਾਂਗਾ ਮੈਂ ਸਾਰੇ ਕੁਰਬਾਨ ਕਰ ਦੇਵਾਂਗਾ ਆਈਏ ਨੌਜਵਾਨ ਹੁਣ ਵੀ ਲਾਦ ਦੇ ਪਿੰਡ ਦੇ ਅੰਦਰ ਲੈ ਜਾਵਾ ਇੱਧਰ ਮੱਕਾ ਪਾ ਕੇ ਉੱਧਰ ਮਦੀਨਾ ਤਯਬਾ ਏ ਇੱਧਰ ਹਜ਼ਰਤ ਅਬਦੁੱਲਾ ਜਵਾਨ ਓਰੇ ਉੱਧਰ ਮਦੀਨੇ ਦੇ ਅੰਦਰ ਹਜ਼ਰਤ ਆਮਨਾ ਜਵਾਨ ਓਰੀਆ ਨੌਜਵਾਨੋ ਇੱਕ ਦਿਨ ਹਜ਼ਰਤ ਅਬਦੁਲ ਮੁਤਲਿਬ ਫਰਮਾਉਂਦੇ ਨੇ ਮੈਂ ਹਤੀਮੇ ਕਾਬਾ ਦੇ ਕਰੀਬ ਲਟਿਆ ਰਾਤੋ ਰਾਤ ਤਲ ਗਈ ਮੇਰੀ ਅੱਖ ਲੱਗ ਗਈ ਇੱਕ ਚਿੱਟੀ ਦਾਰੀ ਵਾਲਾ ਬਾਬਾ ਮੇਰੇ ਖਾਬ ਦੇ ਅੰਦਰ ਆਇਆ ਆ ਕੇ ਕਹਿਣ ਲੱਗਾ ਅਬਦੁਲ ਮੁਤਲਿਬ ਜਦੋਂ ਸਵੇਰੇ ਜਾਗ ਜਾਵੇ ਆਪਣੇ ਪੁੱਤਰ ਅਬਦੁੱਲਾ ਨੂੰ ਨਾਲ ਲੈ ਕੇ ਮਦੀਨੇ ਚਲਾ ਜਾ ਵਹਾਬੀ ਤੇ ਮਨਾਸੀ ਬੇਟੀ ਆਮਨਾ ਜਵਾਨੇ ਉਹਦੇ ਨਾਲ ਆਪਣੇ ਪੁੱਤਰ ਦਾ ਰਿਸ਼ਤਾ ਤੈਅ ਕਰਕੇ ਆ ਨੌਜਵਾਨੋ ਹਜ਼ਰਤ ਅਬਦੁਲ ਮੁਤਲਿਬ ਨੇ ਹੱਥ ਜੋੜ ਲਏ ਅਰਜ਼ ਕੀਤੀ ਬਾਬਾ ਜੀ ਤੁਸਾਂ ਕੌਣ ਹੋ ਬਾਬਾ ਕਹਿਣ ਲੱਗਾ ਪਹਿਚਾਨਿਆ ਨਹੀਂ ਵੇ ਬਾਬਾ ਮੈਂ ਨਹੀਂ ਪਹਿਚਾਨਿਆ ਫਰਮਾਇਆ ਤੇ ਹਾਂ ਲਲ ਵੇਖ ਲੈ 40,000 ਨਬੀਆਂ ਦਾ ਦਾਦਾ ਇਬਰਾਹੀਮ ਆਇਆ ਵਾ 40,000 ਨਬੀਆਂ ਦਾ ਦਾਦਾ ਇਬਰਾਹੀਮ ਆਇਆ ਵਾ ਨੌਜਵਾਨੋ ਜਨਾਬੇ ਹਜ਼ਰਤ ਅਬਦੁਲ ਮੁਤਲਿਬ ਫਰਮਾਉਂਦੇ ਨੇ ਜਿਹੜੇ ਵੇਲੇ ਸਵੇਰ ਦਿਨ ਚੜਿਆ ਆਪਣੇ ਪੁੱਤਰ ਅਬਦੁੱਲਾ ਨੂੰ ਨਾਲ ਲੈ ਕੇ ਮਦੀਨੇ ਚਲਾ ਗਿਆ ਜਾ ਕੇ ਵਾਹਬ ਅਬਦੇ ਮਨਾਫ ਦਾ ਦਰਵਾਜ਼ਾ ਖਟਕਾਇਆ ਕਮਲੀ ਵਾਲੇ ਦੇ ਨਾਨਾ ਜਾਨ ਬਾਹਰ ਆ ਗਏ ਕਮਲੀ ਵਾਲੇ ਨੇ ਜਿਹੜੇ ਵੇਲੇ ਸੈਯਦ ਜ਼ਾਦੇ ਨੂੰ ਵੇਖਿਆ ਮੱਥੇ ਦੇ ਅੰਦਰ ਨੂਰ ਦੇ ਅਸਰਾਤ ਵੇਖੇ ਕਮਲੀ ਵਾਲੇ ਦੇ ਨਾਨਾ ਜਾਨ ਨੇ ਹੱਥ ਜੋੜ ਲਏ ਜਾਣ ਕੇ ਪੁੱਛਿਆ ਕਿ ਨੌਜਵਾਨੋ ਤੁਸਾਂ ਕੌਣ ਹੋ ਕਿੱਧਰ ਆਏ ਹੋ ਕਮਲੀ ਵਾਲੇ ਦੇ ਦਾਦਾ ਜਾਨ ਨੇ ਵੀ ਹੱਥ ਜੋੜ ਲਏ ਅਰਜ਼ ਕੀਤੀ ਲਜਪਾਲਾ ਮੈਂ ਕਾਬੇ ਦਾ ਮਤਵੱਲੀ ਆ ਕੁਰੈਸ਼ ਦਾ ਸਰਦਾਰ ਆ ਆ ਮੇਰਾ ਪੁੱਤਰ ਅਬਦੁੱਲਾ ਜਵਾਨ ਏ ਪੂਰੇ ਅਰਬ ਦੇ ਅੰਦਰ ਐਡਾ ਸੋਹਣਾ ਨੌਜਵਾਨ ਕੋਈ ਨਹੀਂ ਮੈਂ ਸੁਣਿਆ ਏ ਤੇਰੀ ਬੇਟੀ ਆਮਨਾ ਜਵਾਨ ਏ ਆਪਣੇ ਪੁੱਤਰ ਵਾਸਤੇ ਤੇ ਬੇਟੀ ਦਾ ਰਿਸ਼ਤਾ ਲੈਣ ਆਇਆ ਵਾ ਕਮਲੀ ਵਾਲੇ ਦੇ ਨਾਨਾ ਜਾਨ ਨੇ ਫਿਰ ਹੱਥ ਜੋੜ ਲਏ ਅਰਜ਼ ਕੀਤੀ ਲਜਪਾਲਾ ਆਮਨਾ ਅੱਜ ਵੀ ਤਾਡੀ ਏ ਆਮਨਾ ਕੱਲ ਵੀ ਤਾਡੀ ਏ ਆਮਨਾ ਤੇ ਹੈ ਤਾਡੀ ਏ ਨੌਜਵਾਨੋ ਕਮਲੀ ਵਾਲੇ ਦੇ ਦਾਦਾ ਜਾਨ ਨੇ ਅਰਜ਼ ਕੀਤੀ ਲਜਪਾਲਾ ਜਿਹੜੇ ਵੇਲੇ ਰਿਸ਼ਤਾ ਕੀਤਾ ਜਾਂਦਾ ਏ ਸਾਰਿਆਂ ਨਾਲੋਂ ਪੁੱਲੇ ਮੁੰਡੇ ਦਾ ਗਰਭੂਹਾ ਵੇਖਿਆ ਜਾਂਦਾ ਏ ਫਿਰ ਮੁੰਡੇ ਦੀ ਬਰਾਦਰੀ ਪੁੱਛੀ ਜਾਂਦੀ ਏ ਬਗੈਰ ਪੁੱਛੋ ਆਪਣੀ ਬੇਟੀ ਦਾ ਰਿਸ਼ਤਾ ਕਿਉਂ ਦੇ ਰਹੇ ਹੋ ਕਮਲੀ ਵਾਲੇ ਦੇ ਨਾਨਾ ਜਾਨ ਨੇ ਦੁਬਾਰਾ ਹੱਥ ਜੋੜ ਲਏ ਅਰਜ਼ ਕੀਤੀ ਲਜਪਾਲਾ ਜੇ ਮੈਂ ਰਿਸ਼ਤਾ ਨਾ ਦੇਵਾਂ ਜਿਹੜਾ ਬਾਬਾ ਖਾਬ ਵਿੱਚ ਤੈਨੂੰ ਮਿਲਿਆ ਏ 8 ਦਿਨ ਗੁਜ਼ਰੇ ਮੈਨੂੰ ਵੀ ਮਿਲਿਆ ਏ
8 दिन गुजरे मेनू भी मिले आए नौजवान कमली वाले दे अबू जान दा निकाह पड़या गया हुन बरात मक्के तो मदीने वाले जा रही हजरत आमना दुल्हन बन जांदियां ने ओ कायनात दी कैसी शादी होवेगी जेड़े दे अबू जान दूल्हा बने होवणगे हजरत आमना दुल्हन बनिया होवणगीया दुल्हन बन के मक्का पाक दे अंदर आ गईया अपने उते नाज कर दियां ने लोगो जेड़ी सारी कायनात दे अंदर फतहादा यूसुफ से आज आमना दे हिस्से दे अंदर आया है अम्मा आमना भी रेंज करके नाज कर दियां ने हजरत अब्दुल्ला भी नाज कर दे ने लोगो जेड़ी सारी कायनात दे अंदर पकीजा ते पाक दामन वाली औरत है आज अब्दुल्ला दे हिस्से दे अंदर आई है नौजवानो वेला गुजरदा जा रिया तीन माह शादी नु गुजर गए एक दिन हजरत अब्दुल मुत्तलिब फरमांदे ने पुत्र अब्दुल्ला तेरी शादी कर बैठा वा पुत्र अब्दुल्ला किते वीर गल्ला ना कर दे मेरा जी कर दे आसमान मुल्क शाम ले जा आज पहली बार कमली वाले दे बाबा जान नौजवानो मुल्क शाम वल जा रहे मुल्क शाम तो वापसी मदीना तैयबा दे अंदर रात ठहर गए बुखार दी वबा फैल गई तमो जवानो जवानी वाले दे अबू जान हजरत अब्दुल्ला नु बुखार हो गया हजरत अब्दुल्ला दा भी साल हो गया नान क्या ते मदीने वाले ने खबर मदीने बना के मक्का पाक दे अंदर पैगाम भेज दिता नौजवान हुन आई विलादत तो सुन लो अम्मा आमना फरमांदियां ने मैं बैठी बंद कमरे दी अंदर मेरे करीब हजरत अब्दुल मुत्तलिब आ गए आके सिर दे से हाथ रखया बोल के कहन लगे आमीना आमीना रोवीना मैं तेनु गम ते आसार दी परेशानी देने आया वा अम्मा आमना फरमानी है इंज लग जे कलेजा मोनो आ रिया है हाथ जोड़ के कहन लगिया बाबा हाथ जोड़ के कहन लगिया बाबा होया की है जनाबे हजरत अब्दुल मुत्तलिब फरमांदे ने आमीना जिंदियां उड़ी का भी करनी है ओने आउणा कोई नहीं नौजवानो हजरत आमना दे दिल दी तिया उजड़ जांदी है हजरत आमना दीने भी रोंदियां ने रात भी रोंदियां ने नौजवान कमली वाले नु अबू जान नु आवाजा मार दियां ने बोल के कहंदियां वे अब्दुल्ला किधरो आ जा अजे रज के वेखिया ही नहीं वे अब्दुल्ला किधरो आ जा खाजा गुलाम फरीद कोट मिठन वाली सरकार ओ नदी जुबान दे अंदर कलम उठा के कहंदियां ने हुन किसे दा हाथ थल्ले ना रवे मैं कुरान दी दलील देना वा वतु कलिमुना अईदीन वतशहदु अरजुलुहुम बिमा कानू यकसिबून कयामत वाले दिन जुबाना बंद हो जांदियां इना हाथा ने बोलना है किसे दा हाथ थल्ले ना रवे हाथ खड़े करके मेरे नाल पढ़ लो काजा गुलाम फरीद कोठ बैठन वाली सरकार दा कलम तड़पिया अम्मा आमना अब अब्दुल्ला नु आवाजा मार दियां ने नाले बोल के कहंदियां ने आमे ढोला कना बैठी सारी आमे ढोला कना बैठी सारी आमे ढोला कना बैठी सारी मलक शकील सा मेरे सामने आया दे आइए ना सामने बैठ के खिताब सुनो आमे ढोला करा बैठी जा रही नौजवानों वेला गुजरदा जा रहा गुजरदा जा रहा अम्मा आमना फरमानिया ने फिर और रात आ गई आ फरमानिया तेरा रजब दी रात आ गई आ फरमानिया ने वेला बारह रबी अव्वल वाली रात आ गई रातों रात डल गई मैं अपना बिस्तर भी बिछावा मेरी आंखें लग गई एक चिट्टी दाढ़ी वाला बाबा मेरे ख्वाब दे अंदर आया आके कह लगा आमीना होया ना कर अम्मा आमना कहंदी है वे बाबा मेरा अब्दुल्ला बिछा गया ई कह लगे आमीना रोया ना कर तेनु मुबारक देन आया वा बाबा बोल के कह लगा तेनु मुबारक देन आया वा नौजवानो अम्मा आमना कहंदी है वे बाबा जिंदा सिर दा ताज बिछड़ जावे ओनु मुबारक करिया देना है बोल के कह लगे आमीना रोया ना कर तेनु मुबारक देन आया वा तो मोहम्मद दी मां बनन वाली है तो मोहम्मद दी मां बनन वाली है
تو محمدی ماں بننے والی ہے اما آمنا فرما دیانے بابا جی تو سا کونو بابا کہہ لگا آمنا پہچانے آنے بے بابا میں نہیں پہچانے آو فرمایا دہان اللہ اخلے لوکینے نو آدم آخ دے میں لوکی میں لو آدم آخ دے نے اما آمنا فرما دیانے بابا میں نو مبارک دے کے چلا گیا جڑے ویلے صبح دن چڑھیا عجیب مندر بھی ویکھنی آ جڑے پتھر دے قدم رکھنی آ پتھر میں نو چبھدا کوئی نہیں نیچے آ کے موم بن جاندا اے جڑے سکے درخت دے کولو گزر جانی آ اوندے تے ہریالی آ جاندی اے مینوں خیال آیا تھوڑے اج پتھراں نو کی ہو گیا اے انہاں درختاں نو کی ہو گیا اے ایک چھوٹا جا پتھر بولیا آمینا حیران نہ آیو اجے تے اساں پاس پگلنے آ محمد آلین دے بڑیا بڑیا نے دکھ جانا اے آمنا आवाज होते रखे अजे गरम एक ते आबा पत्थर भी बोल के कह लगा आमना हैरान ना हो अजे असा पे पिघलनिया मोहम्मद आओ लेंदे बड़िया बड़िया ने पिघल जाना मैं विलादत पढ़ा लगा हूं लेकिन इथे प्रीत दी गल सुन लो पत्थर ने आख्या के अजे असा पे पिघलने आ मोहम्मद आ लेंदे बड़िया बड़िया ने पिघल जाना है लेकिन आओ बात सुनो फतह मक्के दा दिहाड़ा ते कमली वाले 10,000 सहाबा इकराम नाल काबे दा तवाफ कर रहे صحابہ اکرام دے وچ فضالہ بن عمیر میرے نبی دا دشمن وی چھپیا خنجر لے کے آیا تے نیت کر کے آیا میں محمد دے پیٹ دے اندر خنجر لگا کے قتل کر دے گا پتہ نہیں چلے گا کنے مارے آئے اور جدو ودوہا دا چہرہ سامنے آیا تے میرے آقا نے فرمایا فضالہ سچی دسی کدھر آئے ہیں تے کی پیا کرنا ہے شکیل صاحب سچی دسی کی پیا کرنا ہے تے کدھر آیا ہے تے جلدی نال بغلے وچ چھرا رکھ کے نا کہ لگے یا رسول اللہ میں نا اللہم لبیک لبیک دیا صداواں پہ لگانا ہے میں صداواں لگانا آیا ہوں آج دے بھی انج ہیں منہ میں رام رام تے بغل میں چھرا اور لگے پھر دے نے سڑکاں تے مسجداں دے اندر بھی گرامی قدر احباب آج دے بھی انج دے ہیں گرامی قدر احباب جدو میرے نبی نے انہا فرمایا نا تے ید اللہ والا ہاتھ فضالہ بن عمیر دے سینے دے اتے رکھیا تے میں جملہ بولنے لگا وہ ہاتھ کسے دا تھلے نہ رہے ادھی رات سوتیا کروٹ بھی بدلو گے انشاءاللہ گل یاد آوے تے منہ تے سوتیا بھی سبحان اللہ نکل جاوے گی میرے نبی نے جدو ہاتھ مبارک رکھیا نا فضالہ بن عمیر دے سینے تے فضالہ بن عمیر کے اندر رب کعبہ دی قسم ہے انج لگدا ہے جویں کفر نکلدا جا رہا ہے ایمان دا چینل اندر ہوندا جا رہا ہے کفر نکلدا جا رہا تے ایمان دا چینل ہوندا جا رہا اے فضالہ بن ایتا سے نا میرے نبی پاک دی بات ہے اب میاں محمد شیر ربانی شرکپور شریف دا لاڑا آپ دے کول اک بندہ بیعت ہون واسطے آیا تے آکھیا بابا جی میں بیعت ہون واسطے آیا تے آ میرا پتر فتح محمد اے نماز نہیں پڑھدا تے بابا جی نے فرمایا ہاں بھی پتر فتح محمد تو نماز کیوں نہیں پڑھدا تے بچہ بول کے کہن لگا بابا جی میرا نا نماز وچ جی نہیں لگدا میرا نماز وچ جی نہیں لگدا تو گرامی قدر احباب فتح میاں محمد شیر ربانی شرکپور شریف دا لاڑا آپ نے شہادت والی انگلی فتح محمد دے دل تے رکھی نا آپ نے فرمایا جا 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 جی لگیا کرے گا جا جی لگیا کرے گا جا جی لگیا کرے گا نوجوانوں ہن حافظ صاحب نوجوانوں مغرب دی نیت کر کے کھڑا ہوندا ہے مغرب دی نیت کر کے کھڑا ہوندا ہے عشاء ہو جاندی ہے عشاء دی نیت کر کے کھڑا ہوندا ہے فجر ہو جاندی ہے فجر ہی ہو جاندی ہے ساڈے تے بابے وی دل نو بدل کے رکھ دیندے نے فضالہ بن عمیر دے سینے تے ہاتھ رکھیا نوجوانوں فضالہ بن عمیر جھومدا کعبے دے وچوں نکلیا صوفیاں فرماندے نے کعبے دے سامنے اک گلی ہے گلی دے اندر اک عورت دا مکان ہے فضالہ بن عمیر عورت دا بڑا دیوانہ ہے سارا دن گلی دے چکر نکالدا ہے کدھر عورت مینوں نظر آ جائے نوجوانوں جڑے ویلے اج عورت سامنے آ گئی فضالہ
उमर निगाह झुका के गुजर गया। औरत बोल के कह लगी वे फजाना अगे वेखन तसदर आए अज सामने आ गया वेखदा क्यों नहीं निगाह झुका के हाथ जोड़ के कह लगे बीबी जा जा मैं तेनू की देखा मैं मुहम्मद वेख आया वा मैं मुहम्मद वेख आया वा ओ छोटा जा पत्थर भी खोल के कह लगा आमिना हैरान ना हो अज ते असा पिघलने मुहम्मद लैन दे बड़िया बड़िया ने पिघल जाना है नौजवानों अम्मा आमना फरमा दिया ने फिर ओ रात आ गई मैनू भी कहना पै गया तो दुनिया तो अंधेरा हो गया तोर दुनिया तो अंधेरा हो गया ए तोर दुनिया तो अंधेरा हो गया आ गया सोना सवेरा हो गया आ गया सोना सवेरा हो ना तो सारे तो वडेरी बोल के कह लगी मैं आदम दी बीवी हवा आई आओ तुझी बोल के कह लगी फिरौन दी बीवी आसिया आई आओ तीजी बोल के कह लगी इब्राहिम दी बीवी सारा आई आओ चौथी बोल के कह लगी ईसा दी मां मरियम आई अम्मा आमना फरमानी है किधर आया कह लगी आमना मुकद्दरा ते नाज करनिया वा असा मुहम्मद दिया दाइया पढ़ के आईया वा असा मुहम्मद दिया दाइया पढ़ के आईया वा अम्मा आमना फरमानिया ने नौजवान आओ हुण भी लादत पढ़ लईए अम्मा आमना फरमानिया ने खर्चा मिलनी नो आप फरमानिया ने खर्चा मिलनी नूर मेरे विचों फिर एक नूर जुदा होया आप फरमानिया ने मैं ना इंज करके कमरे के बंद के अंदर बैठी हाँ तो मुल्क शाम के महलात पर वेख रही तो जुमला बोलन लगा वा लेकिन मैं जुमला बोल के तुर जाना है ताड़ी सुभान अल्लाह तो सदके जावा ग्रामिया कदर अहबाब अम्मा आमना फरमानिया ने मैं मुल्क शाम के महलात पर वेख रही हाँ ईमानदारी दसिया जे नूर की झलक निकले अम्मा आमना दे शिकने अतहर दे विच्चों दे नजर पा के वेखन ते फिर मुल्के शाम दे महलात वेखन अगर अम्मा आमना दी नबी दी आमना दा एक कमाल है ते मेरे नबी दी अख दा की कमाल होवेगा मेरे नबी दी अख दा की कमाल होवेगा आजो विलादत पढ़ लईए अम्मा आमना फरमानिया जड़े वेले कमली वाले मेरी गोदी दे अंदर तशरीफ लेके आए हां फरमानिया जड़े वेले कमली वाले मेरी गोदी दे अंदर तशरीफ लेके आए कमली वाले ने चुके मैं दरवाजे के करीब आ गई मैं देखिया चन्नवी आके मेरे सुर दरवाजे के ऊपर झुकया होया है नौजवानो सितारे आके दरवाजे के करीब झुके होए ने मेनु ख्याल आया होरे अज पत्थरों नु की हो गया इना चन्न ते सितारियां नु की हो गया है नौजवानों चन्न दे विचो आवाज आई आमिना असी तेरे दरवाजे नु भी सलामियां देने आए आ जेड़ा दुनिया ते तशरीफ लेके आया है ओंदी बारगाह दे अंदर सलामियां पेश करने आए आ इंदा तर्जमा आला हजरत अजीम उल बरकत शाह इमाम अहमद रजा खान बरेलवी रहमतुल्लाह ने फरमाया आइए हुण ओ तर्जमा करके विलादत पढ़ देइए नौजवानों बच्चे बच्चे नु ओ नात याद मेरे कहते एक बारी सारे हाथ पुत कर लवो किसे दा हाथ थल्ले ना रवे कैमरे वाले भाई जड़े जड़े बैठे ने अपने अपने कैमरे जरा घुमाओ देखो कैमरे दे अंदर केड़ा आंदा या केड़ा नहीं आंदा ए देखो अपना केड़ा बेगाना केड़ा है केड़ा नबी करीम दी आज विलादत पर लगाए किसे दा हाथ थल्ले ना रवे आखरी जुमले तक हाथ थल्ले ना रवे अल्लाह हजरत ने फरमाया नो दी अजली चमकया गायब अंधेरा हो गया हाथ लहरा के एक बारी कुवाजो कमली वाला आ गया हर थां सवेरा हो गया कमली वाला आ गया
हर थां सवेरा हो गया लगदा तुसा इस नाल लड़के नहीं पड़ना जिब्रील तीन झंडे लेके आया एक मशरिक दे अंदर लगाया दूसरा मगरिब दे अंदर लगाया तीजा यहां के काबे दी छत दे उते लगाया जिब्रील पूछिए जिब्रील की प्या करना है जिब्रील भी बोल के दे कमली वाला आ गया हर थां सवेरा हो गया मशरिक जानवर मगरिब वल मगरिब जानवर मशरिक वल जनूब दे जानवर शमाल वल शमाल दे जानवर जनूब वल मक्का पाक दे अंदर चौक बना के एक दूजे नु मुबारक दे दे ने एक छोटा जा परिंदा बोलिया खैर कौन आया परिंदे भी बोल के कहन लगे कमली वाला आ गया हर थां सवेरा हो गया कमली वाला आ गया अगर वो जानवर हो गए परिंदे हो गए एक दूसरे को मुबारक दे सकते ने ऐसा इंसान हो गए हाथ नहीं चुक सकते कमली वाला आ गया हर थां सवेरा हो गया हजरत सवाब फरमा दिया ने मैं बैठी बंद कमरे दे अंदर आ सुई दे नाल अपने कपड़े पसीने आ आ फरमा दिया अचानक दीवे दी लौ बुझ गई मेरे हाथ दे अंदर सुई गिर गई जमीन ते बैठे मैं सुई पे ढूंढ रही आ कमली वाले कमरे दे अंदर आ गए चेहरे दे नाल इना रोशन होया मेनू भी कहना पै गया कमली वाला ਤੇਰੀ ਅਲਫਾਜ਼ ਬਿਆਨ ਕਰਨ ਲਗਾ ਵਾ ਯਾ ਅੱਲਾ ਜਿਹੜਾ ਹੱਥ ਉਠਾ ਕੇ ਤੇਰੇ ਨਬੀ ਦਾ ਮਿਲਾਦ ਪੜੇ ਐਸੇ ਸਾਹ ਆਪਣੇ ਨਬੀ ਦਾ ਰੋਜ਼ਾ ਵਖਾ ਦੇਵੀ ਕਮਲੀ ਵਾਲਾ ਆ ਗਿਆ ਹਰ ਥਾਂ ਸਵੇਰਾ ਹੋ ਗਿਆ ਕਮਲੀ ਵਾਲਾ ਆ ਗਿਆ ਹਰ ਥਾਂ ਸਵੇਰਾ हो गया आओ उन्हें दी तमहीद बयान करके मैं इजाज चावा तमहीद भी तुसा ए नू बढ़िया फरमाइशां होईयां सानू अम्मा हलीमा दा भी जिक्र सुनाया दे मैनू जदों इशारा करोगे भाई थके ता नहीं ए रात बड़ी बबरकत वाली रात है फिर साल पता नहीं नसीबा विच होना है कि नहीं हाथ खड़े करके विखाओ ना जड़े थक गए माशाल्लाह ए अपने मलक यासीन साहब ए मलक शकील साहब जी मैं आखिरी बयान मैं आखिरी इंशाल्लाह मलक शकील साहब अपना लंगर तो है ना माशाल्लाह हुन सुभान अल्लाह बनदी होई सारेयां दी थोड़ा जिहा लंगर करो भी करके आ करो बंदा सुभान अल्लाह कहन जोगा हो जांदा है ग्रामी कदर अहवाल आखिरी बात ना करा तो गुजारा नहीं सैयद जादे दी गल करके मैं इजाजत चाहता हूं आखिरी 5 मिनट सैयद जादे दी बात करके मैं इजाजत चाहता हूं ग्रामी कदर अहवाल सैयद जादे दी गल करके मैं इजाजत चाहना वा एक दुबला पतला इंसान सैयद जादा इंज करके बगदाद दी गली दे अंदर ना मुनादी हो रही आवाज लग रही कि जुनैद बगदादी बगदाद का बड़ा वड्डा पहलवान है ते कोई पहलवान होने अगे कोई चीज नहीं एक सैयद दुबले पतले इंसान ने सुनया ते आ गया बादशाह दे कोल आके कह लगा बादशाह तेनू अगर एड़ा मान है ना अपने बादशाही ते चल ऐलान करवा मैं जुनैद बगदादी नाल कुश्ती करन वास्ते आया हां मैं जुनैद बगदादी नाल कुश्ती करन वास्ते आया हां तो ग्रामी कदर अहबाब ओ बादशाह बोल के कह लगा भी तेरा दुबला पतला जिस्म जुनैद बगदादी दा एक थप्पड़ नहीं खा सकदा लेकिन बादशाह नु नहीं पता के सैयद जादा है ग्रामी कदर अहबाब उन जे सैयद जादे ने ताना मारया ना ते बादशाह नु जलाल आया उन्हें आख्या हुने ही बगदाद दे शाही खाड़े दे अंदर कुश्ती होवेगी ते सारे शहर विच ऐलान किया जावे जदों ऐलान किया गया सारा शहर इकट्ठा हो गया सैयद जादा जदों आया खाड़े दे अंदर
ਗ੍ਰਾਮੀ ਕਦਰ ਅਹਬਾਬ ਲੋਗਾ ਦੀ ਹੰਸੀ ਨਿਕਲ ਗਈ ਇਹ ਅੱਜ ਤੱਕ ਕੁਸ਼ਤੀ ਇੱਕ ਪਲ ਵਿੱਚ ਖਤਮ ਹੋ ਜਾਣੀ ਹੈ ਜੁਨੈਦ ਬਗਦਾਦੀ ਨੇ ਇੱਕ ਹੀ ਥੱਪੜ ਲਗਾਉਣਾ ਹੈ ਗ੍ਰਾਮੀ ਕਦਰ ਅਹਬਾਬ ਜਦੋਂ ਜੁਨੈਦ ਬਗਦਾਦੀ ਆਏ ਨਾ ਜੁਨੈਦ ਬਗਦਾਦੀ ਖਾੜੇ ਦੇ ਅੰਦਰ ਆਏ ਖਾੜੇ ਦੇ ਅੰਦਰ ਆਏ ਜੁਨੈਦ ਬਗਦਾਦੀ ਨੌਜਵਾਨੋ ਜਿਹੜੇ ਵੇਲੇ ਹੱਥਾਂ ਦੇ ਅੰਦਰ ਹੱਥ ਡਾਲਿਆ ਗਿਆ ਹੱਥਾਂ ਦੇ ਅੰਦਰ ਹੱਥ ਡਾਲਿਆ ਗਿਆ ਸੈਯਦ ਦਾਦਾ ਬੋਲ ਕੇ ਜੁਨੈਦ ਸੁਣਿਆ ਬੜਾ ਵੱਡਾ ਪਹਿਲਵਾਨ ਜ਼ਰਾ ਨੇੜੇ ਹੋ ਕੇ ਗੱਲ ਸੁਣੀ ਜੁਨੈਦ ਬਗਦਾਦੀ ਨੇ ਨੌਜਵਾਨੋ ਨੇੜੇ ਹੋ ਕੇ ਜਿਹੜੇ ਵੇਲੇ ਗੱਲ ਸੁਣੀ ਨੌਜਵਾਨੋ ਨੇੜੇ ਹੋ ਕੇ ਗੱਲ ਸੁਣੀ ਸੈਯਦ ਦਾਦਾ ਬੋਲ ਕੇ ਕਹਿਣ ਲੱਗਾ ਮੈਂ ਕੋਈ ਪਹਿਲਵਾਨ ਨਹੀਂ ਮੈਂ ਨਬੀ ਦੀ ਆਲ ਤੇ ਉਲਾਦਾ ਮੈਂ ਕਿਸੇ ਕੋਲੋਂ ਸਦਕਾ ਮੰਗ ਨਹੀਂ ਸਕਦਾ ਮੈਂ ਜ਼ਕਾਤ ਲੈ ਨਹੀਂ ਸਕਦਾ ਸਦਕਾ ਖਾ ਨਹੀਂ ਸਕਦਾ ਪਰ ਉਹ ਸਦਕਾ ਕੀ ਖਾਣ ਜਿੰਨਾਂ ਲੋਕ ਸਦਕਾ ਸਾਰੀ ਕਾਇਨਾਤ ਪਈ ਖਾਂਦੀ ਏ ਨੌਜਵਾਨੋ ਜਿਹੜੇ ਵੇਲੇ ਜੁਨੈਦ ਬਗਦਾਦੀ ਨੇ ਸੁਣਿਆ ਪਕੜ ਕੇ ਸੈਯਦ ਦਾਦੇ ਨੂੰ ਸੀਨੇ ਦੇ ਉੱਤੇ ਬਿਠਾ ਲਿਆ ਦੂਜੀ ਵਾਰ ਸੀਨੇ ਤੇ ਬਿਠਾ ਲਿਆ ਤੀਜੀ ਵਾਰ ਸੀਨੇ ਤੇ ਬਿਠਾ ਲਿਆ ਬਾਦਸ਼ਾਹ ਨੇ ਇਨਾਮ ਦੇ ਕੇ ਸੈਯਦ ਦਾਦੇ ਨੂੰ ਟੋਰਿਆ ਜਿਹੜੇ ਵੇਲੇ ਜੁਨੈਦ ਬਗਦਾਦੀ ਬਾਦਸ਼ਾਹ ਦੇ ਕੋਲ ਆਏ ਬਾਦਸ਼ਾਹ ਕਹਿਣ ਲੱਗਾ ਸੈਯਦ ਦਾਦੇ ਨੂੰ ਨੌਜਵਾਨੋ ਬਾਦਸ਼ਾਹ ਕਹਿਣ ਲੱਗਾ ਜੁਨੈਦ ਕੁਸ਼ਤੀ ਹਾਰ ਗਿਆ ਏ ਹੁਣ ਸੁਣੀਏ ਜੁਨੈਦ ਬਗਦਾਦੀ ਦਾ ਜਵਾਬ ਹੱਥ ਉਠਾ ਕੇ ਜ਼ਰੂਰ ਬੋਲਿਆ ਜੇ ਜੁਨੈਦ ਬਗਦਾਦੀ ਬੋਲ ਕੇ ਕਹਿਣ ਲੱਗੇ ਬਾਦਸ਼ਾਹ ਮੈਂ ਕੋਈ ਸ਼ਿਮਰ ਨਹੀਂ ਸੀ ਜਿਹੜਾ ਸੈਯਦ ਸੀਨੇ ਦੇ ਉੱਤੇ ਬੈਠ ਜਾਵਾ ਮੈਂ ਕੋਈ ਯਜ਼ੀਦ ਨਹੀਂ ਸੀ ਜਿਹੜਾ ਨਬੀ ਦੀ ਆਲ ਤੇ ਜ਼ੁਲਮ ਕਰਾਂ ਉਹ ਸੈਯਦ ਜ਼ਾਦਾ ਸੀ ਨੌਜਵਾਨੋ ਪਰੇਸ਼ਾਨੀ ਦੇ ਆਲਮ ਦੇ ਅੰਦਰ ਰਾਤ ਗੁੱਤ ਗਈ ਅੱਖ ਲੱਗ ਗਈ ਜੁਨੈਦ ਬਗਦਾਦੀ ਮੇਰੇ ਨਬੀ ਕਰੀਮ ਜੁਨੈਦ ਬਗਦਾਦੀ ਦੇ ਖਾਬ ਦੇ ਅੰਦਰ ਆਏ ਅਰਜ਼ ਕੀਤੀ ਕਮਲੀ ਵਾਲੇ ਮੁਝ ਨਿਕੰਮੀ ਤੇ ਮਿਹਰਬਾਨੀ ਫਰਮਾਈਏ ਮੇਰੇ ਨਬੀ ਨੇ ਫਰਮਾਇਆ ਜੁਨੈਦ ਕਿਆਮਤ ਦਿਨ ਅਦੀ ਲੈਣ ਦੇ ਤੇਰੀ ਮੈਂ ਇੰਜ ਲਾਜ ਰੱਖਾਂਗਾ ਜਿਵੇਂ ਤੂੰ ਮੇਰੇ ਪੁੱਤਰ ਦੀ ਲਾਜ ਰੱਖੀ ਜਿਵੇਂ ਤੂੰ ਮੇਰੇ ਪੁੱਤਰ ਦੀ ਲਾਜ ਰੱਖੀ ਆਖਰੀ ਬਾਤ ਸੁਣੀਏ ਨੌਜਵਾਨੋ ਜਿਵੇਂ ਤੂੰ ਮੇਰੇ ਪੁੱਤਰ ਦੀ ਲਾਜ ਰੱਖੀ ਏ ਸਜਰਾ ਪੜ ਕੇ ਵੇਖ ਲੋ ਸਾਰੇ ਪੀਰਾਂ ਦੇ ਪੀਰ ਗੋਸੇ ਪਾਕ ਨੇ ਜੁਨੈਦ ਬਗਦਾਦੀ ਗੋਸ ਪਾਕ ਦੇ ਵੀ ਪੀਰ ਨੇ ਅਹਬਾਬ ਜੁਨੈਦ ਬਗਦਾਦੀ ਗੌਸ ਪਾਕ ਦੇ ਵੀ ਪੀਰ ਨੇ ਅੱਲਾ ਕਰੀਮ ਨੇ ਇਰਸ਼ਾਦ ਫਰਮਾਇਆ ਇੰਨਾ ਆਤਈ ਨਕਲ ਕੌਸਰ ਐ ਹਬੀਬ ਅਸਾਂ ਤੁਹਾਨੂੰ ਕੌਸਰ ਅਤਾ ਕੀਤਾ ਰੱਬੇ ਕਹਿਣਾ ਦੇ ਗਦਵਾਈ ਕਿ ਰੱਬੇ ਕਹਿਣਾ ਸਾਨੂੰ ਸਮਝਣ ਦੀ ਤੌਫੀਕ ਅਤਾ ਫਰਮਾਏ ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ ਮੈਂ ਦੁਆ ਵਾਸਤੇ ਦਾਵਤ